अस्सलाम वालेकुम। वालेकुम सलाम हो। ओ मियां फैमिले ओ कैसे ने ठीक ने? दुआवां बिरावां दिया शुक्र है अल्लाह पाक दा। अब भाऊ मैं सुनिया हा दुआडा एफएम ते प्रोग्राम एक बीबी आंदी पई आई जेड़े मशवरे लेना चाहो तुसी ले सकदे ने ते मियां मैनू मशवरा दे ते मेरे को टाइम भी है थोड़ा ते मैं जावणा कराची ते मैं साइकिल नू वड्डी गरारी ला के छोटी गरारी पुआ के मोड़ वड्डी उस तू वड्डी पौनी चाहना उस तू वड्डी गरारी साइकिल पुआ के कराची जाना चाहना। हां जी मैं कराची जावना है बहू। तेरा भला हो जावे के तेरे को होर लत्ता कोई नहीं आ या तेन बस सर नहीं बहा सकते। भाई जान मैं इनाम जितना है मैं वड्डा इनाम लवना है लाख रुपया। अयातियां ऐ शाबाश है ਉਹ ਜਦ ਇਨਾਮ ਲਾਇਆ ਲਈ ਸੀੜ ਤੇ ਹਲਾ ਤੇ ਤੇਰੇ ਤੇ ਗਿੱਟੇ ਨਿਕਲ ਜਾ ਸਿਰ ਪੋਤਰ ਪੋਏ ਦੇ ਟੋਕਾ ਸਾਈਕਲ ਨੂੰ ਚਲਾ ਤੇ ਕਹੋ ਮੈਡਮ ਬੋਲਦੀ ਨਹੀਂ ਆ। ਮੈਂ ਤੇਰੇ ਕੋਲੋਂ ਮਸ਼ਵਰਾ ਮੰਗਿਆ ਮੀਆਂ ਉਹ ਮੈਂ ਤੇਰੇ ਕੋਲੋਂ ਟਾਈਮ ਜ਼ਾਇਆ ਨਹੀਂ ਮੰਗਿਆ ਮੈਨੂੰ ਦੱਸ ਛੋਟੀ ਗਰਾਰੀ ਕਢਾ ਕੇ ਵੱਡੀ ਗਵਾਰੀ ਪਵਾ ਕੇ ਮੁੜ ਛੋਟੀ ਗਰਾਰੀ ਪਵਾ ਕੇ ਮੁੜ ਉਸ ਤੂੰ ਵੱਡੀ ਗਰਾਰੀ ਪਵਾਉਣੀ ਹੈ ਤੁਹਾਡੇ ਕੋਲ ਕਿਵੇਂ ਪਉਸੀ ਮੈਨੂੰ ਦੱਸ ਮੈਂ ਪੂਰਾ ਸ਼ਹਿਰ ਭਵਿਆਂ ਮੈਨੂੰ ਕਿਸੇ ਗਰਾਰੀ ਨਹੀਂ ਪਾ ਦਿੱਤੀ। ਮਸ਼ਵਰਾ ਹੈ ਮਸ਼ਵਰਾ ਲਓ ਅਸੀਂ ਬੈਠੇ ਕੇ ਸਰ ਅਸੀਂ ਕਿਹੜੀ ਮਰਜ਼ ਦੇ ਇਲਾਜ ਨਹੀਂ ਕਰ ਸਕਦੇ ਅਸੀਂ ਹਰ ਮਰਜ਼ ਦੇ ਇਲਾਜ ਕਰ ਸਕਦੇ ਹਰ ਮਸ਼ਵਰਾ ਦੇ ਸਕਦੇ ਹਾਂ ਤੇ ਬਾਈ ਜਾਨ ਤੁਸੀਂ ਇਹ ਕਰ ਸਕਦੇ ਹੋ ਤੁਸੀਂ ਕਰਾਚੀ ਜਾਣਾ ਤੇ ਤੁਸੀਂ ਸਾਈਕਲ ਦੀ ਵੱਡੀ ਗਰਾਰੀ ਇਸਤੇਮਾਲ ਕਰਨੀ ਤੇ ਲੈ ਕੇ ਸਦਕੇ ਜਾਵਾਂ ਤੇਰੇ ਉਹਦਾ ਉਹਨਾਂ ਨੂੰ ਮਸ਼ਵਰੇ ਦੇਣਾ ਪਿਆ ਹੈ ਉਹਦੇ ਘਰ ਉਸ ਦਾ ਅਧਿਕਾਰ ਮੈਂ ਮਸ਼ਵਰਾ ਦੇ ਤੇ ਰਵਾਂ ਹੋ ਤੈਨੂੰ ਮਸ਼ਵਰਾ ਦੇ ਰਵਾਂ ਪਹਿਲਾਂ ਮੈਂ ਬਾਈ ਜਾਨ ਤੁਸੀਂ ਅੱਜ ਕਰਨਾ ਹੈ ਤੁਸੀਂ ਲਗਾ ਜਾਣਾ ਹੈ ਆਰੇ ਤੇ। ਅੱਛਾ ਉੱਥੇ ਜਨਾਬ ਉਹ ਨਾਰ ਦਾ ਵੱਡਾ ਖੁੱਗ ਪਿਓ ਸੀ ਵੱਡਾ ਕਿੱਕਰ ਨਹੀਂ ਹੁੰਦਾ ਜਿਹੜਾ ਜਿਹੜਾ ਚੌਂਕ ਬੰਦੇ ਦੇ ਹੱਥ 'ਚ ਨਹੀਂ ਆ ਸਕਦਾ ਹਾਂ ਉਹਦਾ ਤੁਸੀਂ ਜਨਾਬ ਇੱਕ ਟੱਕਾ ਲਾਇਆ ਮਨ ਅੱਛਾ ਤੇ ਚਿਰਾ ਕੇ ਠੀਕ ਹੈ ਤੇ ਉਹ ਤੈਨੂੰ ਆਰੇ ਦੇ ਬੰਦੇ ਕਰਦੇ ਸੀ ਲੱਕੇ ਦੇ ਗਲਾਰਾ ਸੀ ਐਡਾ ਵੱਡਾ ਉਹ ਜਨਾਬ ਤੁਸੀਂ ਉਹ ਫਿੱਟ ਕਰਕੇ ਉੱਤੇ ਤੁਸੀਂ ਬਾਵੇਂ ਹੁੰਦੇ ਤੁਸੀਂ ਜ਼ੰਜੀਰ ਮੰਨ ਲਓ ਕਿਉਂਕਿ ਗਰਾਰੀ ਵੱਡੀ ਉਹ ਜ਼ੰਜੀਰ ਦੀ ਕੁੰਡੀ ਖੁੱਲੀ ਹੁੰਦੀ ਹੈ ਉਹ ਜਨਾਬ ਤੁਸੀਂ ਚਲਾ ਕੇ ਤੇ ਯਕੀਨ ਕਰਦੇ ਹੋ ਮੈਂ ਤੇ ਇਹੋ ਸਮਝਣਾ ਬਈ ਤੁਸੀਂ ਸਾਈ ਬਾਲ ਤੋਂ ਰੱਖ ਕੇ ਕਰਾਚੀ ਤਾਈ ਅੱਧੇ ਘੰਟੇ ਸਫ਼ਰ ਮੁਕਾ ਦੇ ਆ ਯਾਰ ਚਬਲਾ ਨਾ ਵੱਡੋ ਉਹ ਮੀਆਂ ਕਦੇ ਲੱਕੜ ਦੀ ਗਰਾਰੀ ਵੀ ਕੰਮ ਆਈ ਮੈਂ ਇੱਕ ਪੈਡਲ ਮਾਰ ਸਾ ਤੇ ਟੁੱਟ ਜਾ ਸੀ ਆ ਝੂਠਾ ਮੈਂ ਕਿਹੜੇ ਬੰਦੇ ਕੋਲ ਮਸ਼ਵਰਾ ਲੈ ਲਿਆ ਬੰਦ ਕਰ ਫੋਨ ਕੱਟ ਗਿਆ ਯਾਰ ਮਸ਼ਵਰਾ ਵੇ ਕਿਹੜਾ ਲੈਂਦਾ ਪਿਆ ਵੱਡੀ ਗਰਾਰੀ ਮਸ਼ਵਰਾ ਮੈਂ ਠੀਕ ਦਿੱਤਾ ਲੇਕਿਨ ਮਸ਼ਵਰਾ ਮੇਰਾ ਗਲਤ ਨਹੀਂ ਹੈ। हेलो हेलो अकेले सलाम अलैकुम जी एफएम जो बोल दे पाए ने एफएम तो बोल दे पाए हैं और कितने बोल दे पाए जनाब भुक्का अच्छा बोल गए ये तेनु तमीज काई नहीं है भाई जान सानू कॉल कठिन ना पाए जावे तुम्हारी मेरी गल पहले गौर सुन लो जिस टाइम तुसी एफएम ते कॉल करदे हो पूरी दुनिया सुनदी पी हुंदी लेकिन गल्लां दा सुनाओ अच्छे तरीके ना कीता करो तुसी भाई गलत गल्ला ना बोलिए करने ते मजबूरन मेरी कॉल कटनी पै जसी तुसी जो गल करनी ते सवाल करो तुसी एक मिनट पहले भी पूछ सकदे हो। आ यार तू बंदा है के साइको ले तू आदा की है तू चाहता की है ओ भैया मेनू सीधी तरह मशवरा दे एक मशवरा मदर को लवना है के मैं जनाब अपने सिर दे वाल लवावणे हयातियां यानी के बूढ़ा है बूढ़ा उसी तरह प्यो तेरा दादा तेरा परदादा चबल जान दिया आ झूठा आ खाचा मैं शादी और कराऊं आ। अच्छा 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 सॉरी भाई जान मैंने के सही समझ नहीं लगी यानी कि शादी और कराना चाहना छड़ा बना है ठीक है ए मशवरा तेरे मैं दे देना जनाब तुसी इंज करना है तुम्हारा बिल्कुल सारा सिर गोना है अद्धा गोना है अद्धा ठीक है। अच्छा गोना तुसी इंज करना है ਕਿਸੇ ਗਦਰੇ ਰੰਗ ਦੀ ਜਾਂ ਚਿੱਟੇ ਰੰਗ ਦੀ ਖੋਤੀ ਖਲੀ ਉਸ ਉਹਦਾ ਪੁੱਛਣ ਵੱਟ ਦੇ ਉਹਦੇ ਵਾਲ ਜੇ ਤੁਸੀਂ ਉਹ ਸਿਰ ਤਲਵਾ ਸਕਦੇ ਨੇ ਕਿਸੇ ਭੂੜੀ ਤੋਂ ਕਿਸੇ ਭੂੜੇ ਤੋਂ ਤਰੋਪਿਆ ਨਾਲ ਸੂਈ ਤਰੋਪਿਆ ਨਾਲ ਕਿਆ ਮੈਡਮ ਆਹ ਕੀ ਗੱਲ ਹੈ ਹਾਂ ਤੂੰ ਤਾਂ ਆਕੜੀ ਬੈਠੀ ਬੋਲੇ ਨਹੀਂ ਨਹੀਂ ਸਹੀ ਹੈ ਸਹੀ ਹੈ ਓਏ ਮੈਂ ਤੈਨੂੰ ਦੱਸ ਛਿੜਾਉਂ ਮੈਂ ਤੇਰੀਆਂ ਵਾਛਾਂ ਚੀਰ ਦਸਾਂ ਆ ਝੂਠਾ ਖੋਤੀ ਦੇ ਵਾਲ ਲਵਾ ਤੂੰ ਤੇਰੇ ਲਵਾਵਣ ਬੇਲੀ ਤੇਰੇ ਅਗਲੇ ਪਿਛਲੇ ਬੰਦ ਕਰ ਕਾਲ ਝੂਠ ਜਈ ਨਾ ਹੋਵੇ ਤੇ ਸਿੱਧਾ ਮਸ਼ਵਰਾ ਦੇ ਹਾਂ ਲਵੋ ਸ਼ੈਂਪੂ ਇਸਤੇਮਾਲ ਕਰ ਲੈ ਦਫਾ ਕਰ ਸ਼ੈਂਪੂ ਨੂੰ ਉਹ ਕਦਾਂ ਪਹਿਲ ਸਰ ਕਦਾਂ ਉਸ ਲੈ ਕੇ ਤੇ ਅਰਜੈਂਟ ਕੰਮ ਨੇ ਮੇਰੇ ਕੋ ਅਰਜੈਂਟ ਮਸ਼ਵਰਾ ਹੈ ਹੁਣ ਤੂੰ ਮੈਨੂੰ ਇਹ ਦੱਸ
ਸਹੀ ਹੈ ਮਸ਼ਰ ਮੈਂ ਗਾਤ ਕਿਤਾ ਉਸ ਬੰਦੇ ਨੂੰ ਨਹੀਂ ਮਸ਼ਰਾ ਤਾਂ ਸਹੀ ਕਾਲ ਤਾਂ ਕਾਟ ਗਿਆ ਹਾਂ ਕੋਈ ਜਾਟ ਖਮੀਸ ਤੇ ਬਦਾ ਗਰੂ ਵਕਿਆ ਗਰੂ ਡੀਪੀਰ ਬਾਂਦੀ ਵਿੱਚ ਬਾਜੀ ਨਾ ਹੋਵੇ।